ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਮੈਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੁਹਾਲੀ ਹਿਮਾਂਸ਼ਾ ਅਗਰਵਾਲ ਆਪ ਸਭ ਜੀ ਨਾਲ ਇੱਕ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦਾ ਅੱਜ ਕਿ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਪਤਾ ਹੈ ਕਿ ਰਾਜ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਸਮੇਂ-ਸਮੇਂ ਤੇ ਰੋਜ਼ਗਾਰ ਮੇਲੇ ਲਗਾਏ ਜਾਂਦੇ ਨੇ ਪਿਛਲੇ 2 ਸਾਲਾਂ ਚ ਮੁਹਾਲੀ ਦੇ ਲਗਭਗ 50 ਹਜ਼ਾਰ ਨੌਜਵਾਨਾਂ ਨੂੰ ਇਹਨਾਂ ਮੇਲਿਆਂ ਰਾਹੀਂ ਨੌਕਰੀ ਦਵਾਈ ਜਾ ਚੁੱਕੀ ਹੈਗੀ ਇਸ ਮਹੀਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਵੱਲੋਂ ਸਤਵਾਂ ਮੇਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈਗਾ ਇਹ ਮੇਲਾ 9 ਸਤੰਬਰ ਤੋਂ 17 ਸਤੰਬਰ ਤੱਕ ਲਗਾਇਆ ਜਾਣਾ ਹੈਗਾ 9 ਸਤੰਬਰ ਦੇ ਵਿੱਚ ਸਭ ਤੋਂ ਪਹਿਲਾਂ ਸਰਕਾਰੀ ਕਾਲਜ ਡੇਰਾ ਬੱਸੀ ਦੇ ਵਿੱਚ ਇਹ ਮੇਲਾ ਲਗਾਇਆ ਜਾਣਾ ਹੈ ਉਸ ਤੋਂ ਬਾਅਦ 11 ਸਤੰਬਰ ਨੂੰ सीजीसी लांड्रा चंडीगढ़ ग्रुप ऑफ कॉलेज लांडरां ਦੇ ਵਿੱਚ ਇਹ ਮੇਲਾ ਲਗਾਇਆ ਜਾਣਾ ਹੈ 14 ਸਤੰਬਰ ਨੂੰ ਰਿਆਤ ਬਾੜਾ ਕਾਲਜ ਖਰੜ ਦੇ ਵਿੱਚ ਇਹ ਮੇਲਾ ਲਗਾਇਆ ਜਾਊਗਾ ਤੇ 17 ਸਤੰਬਰ ਨੂੰ ਸਰਕਾਰੀ ਕਾਲਜ ਫੇਸ 6 ਮੁਹਾਲੀ ਦੇ ਵਿੱਚ ਇਹ ਮੇਲਾ ਲਗਾਇਆ ਜਾਊਗਾ ਇਸ ਮੇਲੇ ਦੇ ਵਿੱਚ ਸਾਡਾ ਟੀਚਾ ਹੈ ਕਿ ਇਸ ਲਗਭਗ 15 ਤੋਂ 20 ਹਜ਼ਾਰ ਨੌਜਵਾਨਾਂ ਨੂੰ ਅਸੀਂ ਜੋ ਨੌਕਰੀ ਦੀ ਤਲਾਸ਼ ਕਰਦੇ ਪਏ ਨੇ ਉਹਨਾਂ ਨੂੰ ਇਹ ਮੌਕਾ ਦਿੱਤਾ ਜਾਊਗਾ ਕਿ ਵਕ ਵਕ ਪ੍ਰਾਈਵੇਟ ਕੰਪਨੀਆਂ ਜਿਵੇਂ ਕਿ ICICI Bank, Axis Bank, Sauraj, Mahindra and Mahindra, Pukhraj Healthcare, Zomato, Paytm, ਆਦ ਇਹਨਾਂ ਕੰਪਨੀਆਂ ਨੇ ਆ ਕੇ ਆਪਣੀ ਜਿਹੜੀ ਨੌਕਰੀਆਂ ਦੀ ਤਲਾਸ਼ ਕਰ ਰਹੇ ਯੁਵਕਾਂ ਨੂੰ ਉਹਨਾਂ ਨੇ ਸਿਲੈਕਟ ਕਰਨਾ ਹੈ। ਮੈਨੂੰ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੋ-ਜੋ ਮੇਰੀ ਆਵਾਜ਼ ਸੁਣ ਪਾ ਰਹੇ ਨੇ ਕਿ ਇਹ ਇੱਕ ਬਹੁਤ ਹੀ ਸੁਨਹਿਰੀ ਮੌਕਾ ਹੈ। ਜਿਹੜੇ ਵੀ ਯੁਵਕ ਜਿਹੜੇ ਵੀ ਆਪਣੀ ਲੇਡੀਜ਼ ਨੇ 10ਵੀਂ 12ਵੀਂ ਆਈਟੀਆਈ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਿੱਤੀ ਹੋਈ ਨੇ ਇਹ ਮੌਕੇ ਦਾ ਫਾਇਦਾ ਜ਼ਰੂਰ ਉਠਾਉਣ ਇਹਨਾਂ ਮੇਲਿਆਂ 'ਚ ਜ਼ਰੂਰ ਭਾਗੀਦਾਰੀ ਪਾਉਣ ਜ਼ਰੂਰ ਇਹਨਾਂ ਮੇਲਿਆਂ 'ਚ ਸ਼ਾਮਲ ਹੋਣ ਤੇ ਆਪਣੀ ਕੁਆਲੀਫਿਕੇਸ਼ਨ ਦੇ ਅਨੁਸਾਰ ਜੋ ਨੌਕਰੀਆਂ ਉਹਨਾਂ ਨੂੰ ਮਿਲਦੀ ਪਈ ਹੈ ਉਹ ਜ਼ਰੂਰ ਉਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨ ਤੁਸੀਂ ਇਹਨਾਂ ਮੇਲਿਆਂ 'ਚ ਸਿੱਧੇ ਤੌਰ ਤੇ ਆ ਕੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਅਤੇ ਮੇਲਿਆਂ 'ਚ ਸ਼ਾਮਲ ਹੋਣ ਤੋਂ ਪਹਿਲਾਂ ਤੁਸੀਂ pgrkam.com ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਹੋ ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ ਹਾਂ ਮੁਹਾਲੀ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਕਿ ਇਹਨਾਂ ਮੇਲਿਆਂ 'ਚ ਜ਼ਰੂਰ ਆਓ ਭਾਗੀਦਾਰ ਬਣੋ ਤੇ ਇਹਨਾਂ ਮੇਲਿਆਂ ਦਾ ਫਾਇਦਾ ਉਠਾਓ ਧੰਨਵਾਦ